ਮੇਰੀ ਮੰਮੀ ਦੀ ਤੇ ਮੇਰੇ ਡੈਡੀ ਦੀ ਹੋ ਰਹੀ ਹੈ ਲੜਾਈ। ਨਹੀਂ ਕੀ ਗੱਲ, ਤੁਹਾਡੀ ਵਾਈਫ ਹੀ ਚਾਹ ਪੀ ਸਕਦੀ ਹੈ, ਮੈਂ ਚਾਹ ਨਹੀਂ ਪੀ ਸਕਦਾ। ਤੁਸੀਂ ਮੈਨੂੰ ਤਾਂ ਇੱਕ ਵਾਰੀ ਨਹੀਂ ਕਿਹਾ ਵੀ ਆ ਜਾ ਬੇਟਾ, ਤੂੰ ਵੀ ਚਾਹ ਪੀ ਕੇ ਜਾਈ। ਇੱਥੇ ਸਾਰੀ ਇੱਥੇ ਬਾਉਂਡਰੀ ਕਰ ਦਿੱਤੀ ਜਾਵੇ ਨਾ ਐਵੇਂ, ਹੈ ਨਾ, ਫਿਰ ਫਿਰ ਅੱਗੇ ਪਾਰਕ ਹੋਵੇ, ਇਹ ਕਮਰਾ ਢਾ ਦਿੱਤਾ ਜਾਵੇ, ਇੱਥੋਂ ਆਵੇ ਸੜਕ, ਇੱਥੇ ਕਿ ਗੇਟ ਹੋਵੇ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ, ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ। ਮੇਰੀ ਮੰਮੀ ਦੀ ਅਤੇ ਮੇਰੇ ਡੈਡੀ ਦੀ ਹੋ ਰਹੀ ਹੈ ਲੜਾਈ, ਕਿਉਂਕਿ ਮੰਮੀ ਮੇਰੇ ਨਾਲ ਜਾ ਰਹੇ ਨੇ, ਮੰਮੀ ਮੈਨੂੰ ਕਹਿੰਦੇ ਮੈਨੂੰ ਖੇਤਾਂ ਵਿੱਚ ਲੈ ਕੇ ਜਾ, ਡੈਡੀ ਕਹਿੰਦੇ ਨਹੀਂ ਜਾਣਾ। ਹੈ ਨਹੀਂ ਕੀ ਗੱਲ, ਤੁਹਾਡੀ ਵਾਈਫ ਹੀ ਚਾਹ ਪੀ ਸਕਦੀ ਹੈ, ਮੈਂ ਚਾਹ ਨਹੀਂ ਪੀ ਸਕਦਾ। ਤੁਸੀਂ ਮੈਨੂੰ ਤਾਂ ਇੱਕ ਵਾਰੀ ਨਹੀਂ ਕਿਹਾ ਵੀ ਆ ਜਾ ਬੇਟਾ, ਤੂੰ ਵੀ ਚਾਹ ਪੀ ਕੇ ਜਾਈ। ਨਹੀਂ ਤੁਸੀਂ ਮੈਨੂੰ ਨਹੀਂ ਕਿਹਾ, ਤੁਸੀਂ ਕਿਹਾ ਮੰਮੀ ਨੂੰ ਆਪਣੀ ਨੂੰ ਚਾਹ ਪੀ ਲੈਣ ਦੇ। ਮੈਂ ਕਿਰਨ ਮੰਮੀ ਨੂੰ ਕਿਹਾ ਨਾ ਪਾਪਾ ਨੇ, ਆਇਓ ਜਰਾ ਅੰਦਰ ਆਇਓ, ਗੱਡੀ ਬਾਅਦ ਚ ਧੋਨਾ, ਮੇਰਾ ਫੈਸਲਾ ਕਰਾਓ ਪਹਿਲਾਂ ਅੰਦਰ ਆ ਕੇ। ਇਹ ਤਾਂ ਫਿਰ ਮੰਮੀ ਉਹ ਹੋ ਗਿਆ ਨਾ, ਪਾਰਸ਼ੀਅਲਟੀ ਹੋ ਗਈ। ਤੁਸੀਂ ਮੈਨੂੰ ਕਿਹਾ ਪਹਿਲਾਂ ਆਪਣੀ ਮੰਮੀ ਨੂੰ ਚਾਹ ਪੀ ਲੈਣ ਦੇ, ਤੁਸੀਂ ਮੇਰਾ ਕਿਹਾ ਵੀ ਬੇਟਾ ਤੂੰ ਵੀ ਚਾਹ ਪੀ ਕੇ ਜਾ। ਜੇ ਮੈਂ ਉਹਨੂੰ ਰੋਕਾਂਗਾ ਤਾਂ ਪੁੱਤਰ ਕਿਵੇਂ ਬਾਜੂਗਾ? ਇਹ ਹੁਣ ਤਾਂ ਡਿਪਲੋਮੈਟਿਕ ਜਿਹਾ ਆਨਸਰ ਦੇ ਰਹੇ ਨੇ ਇਹ। ਕਿਰਨ ਦੇਖੀ ਦੇਖੀ ਕਿੰਨਾ ਗੱਲ ਘੁਮਾਤੀ ਬਾਬਾ, ਨਾ ਤੁਸੀਂ ਕੀਤਾ ਹੁਣ ਕਿਵੇਂ ਗੱਲ ਕਵਰ ਕਰ ਰਹੇ ਨੇ ਮੰਮੀ, ਇਹ ਬੜੇ ਚਲਾਕ ਨੇ ਮੰਮੀ, ਦੇਖ ਲਓ ਇਹ ਨਾ ਗੱਲ ਘੁਮਾ ਰਹੇ ਨੇ ਹੁਣ। ਕੋਈ ਠੀਕ ਹੈ ਭਾਈ, ਲਓ ਜੀ ਲਓ ਚਾਹ ਪਿਲਾਓ, ਪਿਲਾਓ ਮੰਮੀ ਨੂੰ ਚਾਹ। ਮੰਮੀ ਅੱਜ ਇੱਥੇ ਬੈਠੋ ਪਾਪਾ ਨਾਲ, ਨੀ ਇੱਥੇ ਆ ਜਾਓ, ਆਪਣੇ ਹੱਥਾਂ ਨਾਲ ਤੁਹਾਨੂੰ ਚਾਹ ਪਿਲਾਉਣੀ, ਚਮਚਿਆਂ ਨਾਲ ਚਾਹ ਪਿਲਾਉਣੀ ਤੁਹਾਨੂੰ। ਹਾਂ ਬਾਬਾ ਆਪਣੇ ਹੱਥਾਂ ਨਾਲ ਪਿਲਾਓ, ਆਪਣੇ ਹੱਥਾਂ ਨਾਲ ਚਾਹ ਪਿਲਾਓ। ਪਾਪਾ ਵੈਸੇ ਬਤਾਉਣਾ ਭੂਜੀ, ਮੰਮੀ ਤੁਸੀਂ ਆਓ, ਤੁਸੀਂ ਇੱਥੇ ਆਓ, ਆਓ ਨਹੀਂ ਆਪਾਂ ਜ਼ੋਰ ਲਾ ਰਹੇ ਸੀ, ਆਓ ਜਰਾ ਇੱਧਰ ਆਜੋ, ਇੱਧਰ ਆਜੋ, ਇੱਧਰ ਆਜੋ, ਆਜੋ ਆਜੋ ਆਜੋ, ਓ ਆਜੋ, ਮਿੱਠਾ ਮੂੰਹ ਕਰਾ ਲਿਓ, ਓਏ ਆਜੋ। ਠੀਕ ਆ ਮੈਂ ਇੱਥੇ, ਹੁਣ ਦੇਖਿਆ ਸਪੈਸ਼ਲ ਰੋਕਿਆ ਤੁਸੀਂ ਮੰਮੀ ਨੂੰ ਚਾਹ ਵਾਸਤੇ, ਬੈਠ ਰਹੇ ਨੇ ਤੁਹਾਡੇ ਨਾਲ, ਬੈਠ ਰਹੇ ਨੇ, ਨਹੀਂ ਬੈਠ ਰਹੇ ਤੁਹਾਡੇ ਨਾਲ, ਫਾਇਦਾ ਕੀ ਵਾਸਤੇ ਦਾ ਕਾਕਾ, ਮੇਰੇ ਵਾਸਤੇ ਤਾਂ ਇੱਕੋ ਹੀ ਹੈ, ਇੱਕ ਦਿਨ ਤੇਰਾ ਮਿੱਥਿਆ ਹੋਇਆ, ਦੂਜੇ ਦਿਨ ਵੱਡੇ ਮੁੰਡੇ ਦਾ ਮਿੱਥਿਆ ਹੋਇਆ, ਤੀਜੇ ਦਿਨ ਵੱਡੀ ਨੂੰਹ ਦਾ ਮਿੱਥਿਆ ਹੋਇਆ, ਚੌਥੇ ਦਿਨ ਛੋਟੀ ਨੂੰਹ ਦਾ ਮਿੱਥਿਆ ਹੋਇਆ, ਪੰਜਵੇਂ ਦਿਨ ਆ ਛਿੱਪੀ ਦਾ ਤੇ ਉਹਦਾ ਕੀਤਾ, ਫਿਰ ਪਿਤਾ ਜੀ ਨਾਨਕੇ, ਮੈਂ ਤਾਂ ਉਹਨੂੰ ਪਿਤਾ ਜੀ ਨੂੰ ਕਿਹਾ, ਮੈਂ ਕਿਹਾ ਕਿਉਂ ਵਿਆਹਿਆ ਮੰਮੀ ਵੀ ਕੀ, ਹੁਣ ਆਪਾਂ ਮੰਮੀ ਨੂੰ ਲੈ ਕੇ ਨੀ ਜਾਣਾ ਘੁਮਾਉਣ ਵਾਸਤੇ, ਤੁਸੀਂ ਲੈ ਜਾਓ ਕਿਤੇ, ਤੁਸੀਂ ਲੈ ਜਾਓ, ਤੁਹਾਨੂੰ ਕਿਸੇ ਨੇ ਰੋਕਿਆ? ਹਾਂ ਤੁਹਾਨੂੰ ਨਾ ਨਹੀਂ ਕਰਦੇ, ਤੁਸੀਂ ਲੈ ਕੇ ਜਾਓ, ਨਹੀਂ ਕਿਉਂ ਕੱਲ ਲੈ ਕੇ ਨਹੀਂ ਗਏ, ਕੱਲ ਕੇ ਪਰਸੋਂ ਗਏ, ਕੱਲ ਗਏ ਨਾ ਪਰਸੋਂ, ਹਾਂ ਦਾਦੂ ਨੂੰ ਕਿਹਾ ਤੁਸੀਂ ਲੈ ਜਾਓ, ਤੁਹਾਨੂੰ ਰੋਕਿਆ ਕਿਸੇ ਨੇ? ਮੈਂ ਤੇਰਾ ਉਹ ਲੱਗਦਾ, ਤੇ ਦਾਦੂ ਦਾਦੀ ਕੀ ਲੱਗਦੇ ਨੇ? ਨਾ ਨਾ ਆਪਸ ਵਿੱਚ ਕੀ ਲੱਗਦੇ ਨੇ? ਦਾਦੂ ਦੇ ਦਾਦੀ ਕੀ ਲੱਗਦੇ? ਹਸਬੈਂਡ ਵਾਈਫ, ਇਹ ਕਪਲ ਨੇ ਹੈਪੀਐਸਟ ਕਪਲ, ਹਾਂ ਕਿਰਨ ਇਹ ਹੈਪੀਐਸਟ ਕਪਲ, ਇਹ ਨੇ ਅੱਜ ਦਾ ਬੈਡ ਕਪਲ, ਬੈਡ ਕਪਲ ਹੀ ਇਹ ਹੈਪੀਐਸਟ ਕਪਲ, ਮੈਂ ਕਹੇ ਸਾਡਾ ਓਲਡ ਵਰਜਨ ਹੈਪੀਐਸਟ ਕਪਲ ਦਾ,
ਜੈਕਟ ਜੈਕਟ ਘੈਂਟ ਲੱਗ ਰਹੀ ਕਿਹਨੂੰ ਆ ਇਹ ਵੈਸੇ ਜੀਨ ਜੂਨਸ ਨਾਲ ਪਾਉਣ ਵਾਸਤੇ ਆ। ਚਲੋ ਜੀ ਬੈਠੋ ਚਾਹ ਪੀਓ ਭਾਵੇਂ ਚਾਹ ਤਾਂ ਘੱਟ ਏ ਆਪਾਂ ਜਨ ਬੰਦੇ ਜਣੇ ਆ ਜਾਣੇ ਦੁੱਧ ਪੀਣਾ ਅਗਮ ਕੌਫੀ ਬਣਾਈਏ ਅੱਜ ਹੁਣ ਥੋੜ੍ਹੀ ਹੁਣ ਤਾਂ ਟਾਈਮ ਖਤਮ ਕੱਲ੍ਹ ਬਣਾਵਾਂਗਾ ਸਵੇਰੇ ਉਹ ਲਿਆ ਦਿਓ ਮੈਨੂੰ ਕੀ ਕਹਿੰਦੇ ਨੇ ਬੀਟਰ ਲੈ ਲਿਆ ਉਦੋਂ ਨਾਲ ਸੈੱਲ ਪਾ ਕੇ ਮੈਂ ਹੁਣੀ ਕਰ ਦੇਣਾ ਇੱਕ ਮਿੰਟ 'ਚ ਸੈੱਲ ਰਿਮੋਟ 'ਤੇ ਕੱਢ ਦਿਓ ਯਾਰ ਕਿਸੇ ਦੇ ਡੀਜ਼ਲ ਵਾਲੇ ਉਹ ਲਿਆਉਂਦੇ ਡੀਜ਼ਲ ਦੀ ਸਮੈਲ ਆ ਰਹੀ ਪਾਪਾ ਦੇ ਬਗਾਣੇ ਭੁੱਜੀਆਂ 'ਚੋਂ ਆਹ ਵੇਖੋ ਆਹ ਮੇਰਾ ਭਰਾ ਵਧੀਆ ਨਹੀਂ ਆਹ ਵਾਲਾ ਲਿਆ ਜਿਹੜਾ ਕੋਈ ਸਮੈਲ ਨਹੀਂ ਆਉਂਦੀ ਇਹ ਡੈਡੀ ਨੇ ਇਹ ਡੈਡੀ ਦੀ ਸਾਜ਼ਿਸ਼ ਏ ਵੀ ਕੋਈ ਖਾਵੇ ਨਾ ਹੋਰ ਮੈਂ ਇਕੱਲਾ ਖਾਵਾਂ ਹੈ ਨਾ ਕਿਰਨ ਲੋ ਜੀ ਲੋ ਜੀ ਕਿਰਨ ਨੂੰ ਘਰੋਂ ਕੱਢਣ ਦੀ ਸਾਜਿਸ਼ ਚੱਲ ਰਹੀ ਹੈ ਕਿਰਨ ਸਾਜਿਸ਼ ਨਹੀਂ ਇਸ ਤੋਂ ਜਾਓ ਅੱਛਾ ਇਸ ਤੋਂ ਬਦਾਣਾ ਖਾਣ ਤੋਂ ਜਾਓ ਅੱਛਾ ਇਹ ਮੈਂ ਆਪਣੀ ਛੋਟੀ ਨੂੰਹ ਨੀ ਤੇ ਵੱਡੀ ਨੂੰਹ ਨੀ ਲਿਆਂਦਾ ਸੀ ਕੁੱਤੇ ਨੀ ਲਿਆਂਦਾ ਰਾਜਨੀਤੀ ਬੜੀ ਕਰਨੀ ਜਾਣਦੇ ਨੇ ਮਿੰਟ ਚ ਗੱਲ ਘੁਮਾ ਦਿੰਦੇ ਨੇ ਹਨਾ ਸਰਪੰਚ ਸਾਹਿਬ ਤੁਹਾਡਾ ਬਦਾਣਾ ਠੀਕ ਨੀ ਹੈਗਾ ਨਵਾਂ ਨਵਾਂ ਲੈ ਕੇ ਆਓ ਨਹੀਂ ਇਹ ਬੂੰਦੀ ਚ ਸਮੈਲ ਆ ਰਹੀ ਹੈ ਨਾ ਅੱਛਾ ਲੋਕਾਂ ਨੂੰ ਡੀਜ਼ਲ ਨਹੀਂ ਮਿਲ ਰਿਹਾ ਸੀ ਕੱਲ ਦੇ ਦਿਨ ਵਿੱਚ ਡੈਡੀ ਬੂੰਦੀ ਵਿੱਚ ਡੀਜ਼ਲ ਪਾ ਕੇ ਲਿਆਏ ਨੇ ਠੀਕ ਹੈ ਠੀਕ ਹੈ ਚਲੀਏ ਚਲੀਏ ਹੁਣ ਦੱਸੋ ਕੋਈ ਹੋਰ ਕੋਈ ਚਾਹ ਚੂਹ ਪੀਣੀ ਕੌਫੀ ਕਾਫੀ ਪੀਣੀ ਹੈ ਗੱਡੀ ਧੋ ਲੈਣੀ ਸੀ ਧੁੱਪ ਨਿਕਲੀ ਸੀਗੀ ਇਹ ਗੱਡੀ ਸੁੱਕਣੀ ਨਹੀਂ ਦਿੰਦਾ ਵੇਖੋ ਜੀ ਸਾਡੀ ਮੋਟਰ ਇੱਥੇ ਆਏ ਨੇ ਮੰਮੀ ਪਤਾ ਨਹੀਂ ਕਿਹੜੇ ਕੰਮ ਮੈਨੂੰ ਲੈ ਕੇ ਇਹ ਹਟਦੇ ਨਹੀਂ ਗੇ ਠੰਡ ਹੋਈ ਵੀ ਇੰਨੀ ਜ਼ਿਆਦਾ ਡੈਡੀ ਤਾਂ ਹੀ ਰੋਕ ਰਹੇ ਸੀ ਵੀ ਚਾਹ ਪੀ ਕੇ ਜਾਓ ਗਰਮ ਹੋ ਜਾਓਗੇ ਹੈ ਇਹ ਆਏ ਕੀ ਕਰਨਾ ਮੈਨੂੰ ਇਹ ਤਾਂ ਦੱਸੋ ਕਿਹੜੀ ਮੇਥੀ ਅੱਛਾ ਜੀ ਬੜੀ ਜ਼ਿਆਦਾ ਲੱਗੀ ਵੀ ਮੇਥੀ ਫਿਰ ਮੇਥੀ ਬਣਾਵਾਂਗੇ ਅੱਜ ਆਹ ਲਸਣਾਂ ਦੇ ਵਿੱਚ ਪਰਾਲੀ ਕਿਉਂ ਸੱਟ ਰੱਖੀਏ ਅੱਛਾ ਲਓ ਜੀ ਆਹ ਸਾਡੇ ਖੇਤ ਹਾਂ ਸਾਡੀ ਮੋਟਰ ਅਲਟਰਾ ਟੈਕ ਲਿਖਾ ਰੱਖਿਆ ਵੀਰੇ ਨੇ ਸਰਪੰਚ ਬਿਲਡਿੰਗ ਮਟੀਰੀਅਲ ਇੱਥੇ ਵੀ ਮਸ਼ਹੂਰੀ ਕਰ ਰੱਖੀ ਹੈ ਹਾਂ ਪਾਣੀ ਲੱਗਿਆ ਨਾ ਰਹਿਣ ਦਿਓ ਵੀ ਨਾ ਤੋੜੋ ਹਲੇ ਮੇਰੇ ਹਿਸਾਬ ਨਾਲ ਪਤਾ ਕਿਉਂ ਥੋੜ੍ਹੀ ਹੋਰ ਵੱਡੀ ਹੋ ਲੈਣ ਦੇ ਹਾਂ ਰਹਿਣ ਦਿਓ ਫਿਰ ਤੋੜਨ ਦੇ ਕੋਈ ਮਤਲਬ ਨੀਗਾ ਮੂਲੀਆਂ ਨਹੀਂ ਲਈਆਂ ਹੋਈਆਂ ਆਪਾਂ ਫਿਰ ਫਾਇਦਾ ਕੀ ਹੋ ਆਪਣੀ ਖੇਤੀ ਕਰਨ ਦਾ ਹੈ ਹਾਂ ਉਦੋਂ ਲਾਉਂਦੇ ਸੀ ਕਿੰਨਾ ਵਧੀਆ ਹੋਇਆ ਇੱਥੇ ਘਰ ਪਾਈਏ ਆਪਾਂ ਖੇਤਾਂ ਦੇ ਵਿੱਚ ਉਹ ਸਾਹਮਣੇ ਵਾਲੇ ਉਹ ਇੱਥੇ ਪਾਉਂਦੇ ਆ ਉਹ ਕੋਠੀ ਦੇ ਸਾਹਮਣੇ ਆਹ ਵਾਲੇ ਕਿੱਲੇ 'ਚ ਮੈਨੂੰ ਮੰਮੀ ਇੱਥੇ ਨਾ ਆਹ ਇੱਥੇ ਮੈਂ ਘਰ ਬਣਾ ਲੈਂਦਾ ਅਤੇ ਕਿੰਨੀ ਸ਼ਾਂਤੀ ਹੈ ਪਿੰਡ ਤੋਂ ਬਾਹਰੋਂ ਬਾਹਰ ਆਹਾ ਆਹ ਪਿੱਛੇ ਮੇਰੇ ਖੁੱਲ੍ਹੀ ਪਾਰਕ ਹੋਵੇ ਹੈ ਨਾ ਮੰਮੀ ਸੋਚੋ ਕਿੰਨਾ ਵਧੀਆ ਹੋਏਗਾ ਸਿਸਟਮ
ਵੀ ਜੇ ਖੁੱਲ੍ਹੀ ਪਾ ਸੈਂਟਰ 'ਚ ਘਰ ਬਣਾਇਆ ਹੋਵੇ, ਪੂਰੀ ਬਾਉਂਡਰੀ ਕੀਤੀ ਹੋਵੇ, ਖੁੱਲ੍ਹੀ ਪਾਰਕ ਹੋਵੇ, ਪੂਰਾ ਸੈਂਟਰ ਹੋਵੇ ਨਜ਼ਾਰੇਦਾਰ, ਆਹ ਹਟਾਉਣਾ ਪਏਗਾ ਫਿਰ ਆਪਾਂ ਨੂੰ ਆਹ ਵਾਲਾ। ਕੋਈ ਨਹੀਂ, ਇੱਕ ਜਿਹੜਾ ਮੈਂ ਘਰ ਬਣਾਵਾਂਗਾ ਉਹਦੇ 'ਚ ਸਿਸਟਮ ਬਣਾ ਦਾਂਗੇ। ਤਾਂ ਜਾਂ ਮੈਂ ਖੇਤੀ ਕਰਨੀ ਨਹੀਂ, ਮੈਂ ਕਿਹੜਾ ਖੇਤੀ ਕਰਨੀ, ਆਹ ਮੋਟਰ ਮੋਟਰ ਦਾ ਸਿਸਟਮ ਵੀ ਅੰਡਰਗਰਾਊਂਡ ਕਰ ਦਾਂਗੇ, ਸਾਰੀ ਪਲੇਨ ਕਰ ਦੇਣੀ ਇੱਥੋਂ ਜਗ੍ਹਾ। ਹੈ ਤਾਂ ਪਰ ਸੈਂਟਰ 'ਚ ਘਰ ਬਣਾ, ਵਾਹ ਖੁੱਲ੍ਹਾ ਏਰੀਆ, ਜਿੱਥੇ ਮਰਜ਼ੀ ਨਜ਼ਾਰੇ ਨਾਲ ਬੈਠੋ। ਪਿੰਡ ਦੀ ਇੱਕ ਮੋਜ ਤਾਂ ਹੈਗੀ ਵੈਸੇ, ਹੈ ਨਾ ਮੰਮੀ, ਕੀ ਕਹਿ ਰਹੇ ਹੋ? ਅਮਰੂਦ ਵੈਸੇ ਪਿੰਡ ਦੀ ਇੱਕ ਮੋਜ ਤਾਂ ਹੈਗੀ, ਦੇਖੋ ਕਿਤੇ ਕਿੰਨੀ ਸ਼ਾਂਤੀ ਹੈ ਨਾ, ਆਰਾਮ ਦੇ ਨਾਲ ਬੰਦਾ ਚਿੱਲ ਕਰ ਸਕਦਾ। ਹੋਏ ਹੋਏ ਹੋਏ, ਧੁੱਪ ਵੀ ਪੈਂਦੀ ਖੁੱਲ੍ਹੇ ਆਰਾਮ ਦੇ ਨਾਲ ਅਸਮਾਨਾਂ ਦੇ ਵਿੱਚ, ਵਾਹ ਜੀ ਵਾਹ। ਅਮਰੂਦ ਕਿੰਨੇ ਲੱਗੇ ਹੁੰਦੇ? ਅਮਰੂਦ ਫਿਰ ਕੱਚੇ ਨੇ ਹਣਾ ਵਾਲੇ, ਕੱਚੇ ਨੇ ਤੋੜ ਤੋੜ ਕੇ ਪਹਿਲੇ ਸੱਟੀ ਜਾਂਦੇ ਨਿਆਣੇ ਆ ਦੇ, ਪਹਿਲੇ ਤੋੜ ਤੋੜ ਕੇ ਸੱਟੇ ਉਹ ਸੜਕ ਤੇ ਜਿਹੜੇ ਲੰਘਦੇ ਰਾਹੀ ਨੇ, ਦੇਖਦੇ ਨੇ ਅਮਰੂਦ ਲੱਗੇ ਕੱਚੇ, ਨਹੀਂ ਪਤਾ ਵੀ ਕੱਚੇ ਨੇ ਕੱਚੇ ਹਾਂ, ਕੱਚੇ ਤੋੜਨ ਦਾ ਕੋਈ ਫਾਇਦਾ ਨਹੀਂ। ਦੋਸਤੋ ਮੇਰੇ ਵੀਰੋ, ਜਿਹੜੇ ਇੱਥੋਂ ਲੰਘਦੇ ਨੇ ਸਾਡੇ ਅਮਰੂਦ ਤੋੜਦੇ ਹੋ, ਨਾ ਤੋੜਿਆ ਕਰੋ ਕੱਚਿਆਂ ਨੂੰ, ਜਦੋਂ ਪੱਕ ਜਾਣ ਉਦੋਂ ਤੋੜਿਓ, ਖਾਣ ਦਾ ਵੀ ਮਜ਼ਾ ਹੈਗਾ, ਐਵੇਂ ਕੱਚੇ ਫਲ ਖਰਾਬ ਹੁੰਦਾ। ਠੀਕ ਹੈ ਮੰਮੀ, ਕਰਤਾ ਮੈਂ ਐਲਾਨ, ਕਰਤਾ ਬੇਨਤੀ ਕਰਤੀ ਨਾ ਸਾਰਿਆਂ ਨੂੰ, ਹੁਣ ਨਹੀਂ ਤੋੜੇਗਾ ਕੋਈ ਤੁਹਾਡੇ ਅਮਰੂਦ। ਵਾਹ ਮੰਮੀ, ਵੀਡੀਓ ਬੜੀ ਸੋਹਣੀ ਆ ਰਹੀ ਇੱਥੇ, ਤੁਸੀਂ ਥੋੜਾ ਨਾ ਗਿੱਧਾ ਪਾਓ, ਮੈਂ ਤੁਹਾਡੀ ਵੀਡੀਓ ਬਣਾਉਣਾ, ਪਾਪਾ ਨੂੰ ਦਿਖਾਵਾਂਗਾ, ਪਾਪਾ ਨੂੰ ਦਿਖਾਵਾਂਗਾ, ਦੇਖੋ ਥੋੜੀ ਆ ਕਿੰਨੀ ਸੋਹਣੀ ਲੱਗੇਗੀ ਇੱਥੇ, ਦੇਖੋ ਕਿਤੇ ਨਾ ਦਿੰਗ ਚਕਲਕ ਦਿੰਗ ਦਿੰਗ ਚਕਲਕ। ਬਹੁਤ ਸੋਹਣੀ ਆ ਰਹੀ ਵੀਡੀਓ ਮੰਮੀ ਇੱਥੇ, ਜਿਹੜਾ ਸ਼ੂਟ ਕਰਨ ਦਾ ਵਧੀਆ ਵੈਸੇ, ਜੇ ਆਪਾਂ ਕਰਨਾ ਚਾਹੀਏ ਕੁਛ ਗ੍ਰੀਨਰੀ ਗ੍ਰੀਨਰੀ। ਵੈਸੇ ਮੇਰਾ ਮਨ ਆ ਗਿਆ ਮੰਮੀ, ਸਹੀ ਦੱਸਾਂ ਮੈਂ, ਸੋਹਣ ਲੱਗੇ ਮੈਨੂੰ। ਜੇਕਰ ਇੱਥੇ ਇੱਥੇ ਸੈਂਟਰ ਵਿੱਚ ਨਾ, ਇੱਧਰ ਸੁਣੋ, ਇੱਥੇ ਸਾਰੀ ਇੱਥੇ ਬਾਉਂਡਰੀ ਕਰ ਦਿੱਤੀ ਜਾਵੇ ਨਾ ਐਵੇਂ, ਹੈ ਨਾ, ਇੱਥੇ ਸੈਂਟਰ ਜੀ ਦੇ ਵਿੱਚ ਘਰ ਬਣਾਇਆ ਜਾਵੇ ਵਧੀਆ ਐਨ ਕਰਕੇ, ਅਤੇ ਫਿਰ ਅੱਗੇ ਪਾਰਕ ਹੋਵੇ, ਇਹ ਕਮਰਾ ਢਾਹ ਦਿੱਤਾ ਜਾਵੇ, ਇੱਥੋਂ ਆਵੇ ਸੜਕ, ਇੱਥੇ ਕਿ ਗੇਟ ਹੋਵੇ, ਹੈ ਨਾ, ਇੱਥੋਂ ਸੜਕ ਤੋਂ ਐਂ ਗੇਟ ਐਵੇਂ ਐਂ ਜੀ ਕਰਕੇ ਜਾਂਦੀ ਹੋਵੇ ਸੜਕ ਜੀ, ਇੱਥੇ ਕੋਠੀ ਤੱਕ ਨਜ਼ਾਰੇ ਦੇ ਨਾਲ ਪਾਰਕ, ਅਤੇ ਇੱਧਰਲੀ ਸਾਈਡ ਉਹ ਬੀਜ ਦਿੱਤੇ ਜਾਣ, ਦਰਖਤ ਦਰੁਖਤ ਜੇ ਬਾਗ ਜਿਹਾ ਬਣਾ ਦਿੱਤਾ ਜਾਵੇ, ਜਚੇਗੀ ਨਾ ਚੀਜ਼? ਦੱਸੋ ਗੱਲ ਸਹੀ ਹੈ ਨਾ, ਹੋ ਸਕਦੇ ਨਾ ਇੱਦਾਂ, ਜਚੇਗੀ ਚੀਜ਼? ਚਲੋ ਹਾਲੇ ਤਾਂ ਨਹੀਂ, ਬੁਢਾਪੇ 'ਚ, ਬੁਢਾਪਾ ਮੈਂ ਇੱਥੇ ਕੱਟਾਂਗਾ ਜੇ ਰੱਬ ਨੇ ਚਾਹਿਆ। ਆਹ ਤੋੜ ਦੇਣਾ ਤੁਹਾਡਾ ਕਮਰਾ, ਮੈਂ ਬਣਾਇਆ ਹੋਇਆ ਇੱਥੇ, ਪਾਪਾ ਗਾਲਾਂ ਕੱਢਣਗੇ ਜੇ ਵੀਡੀਓ ਦੇਖ ਲਈ, ਪਾਪਾ ਨੇ ਕਹਿਣਗੇ ਆਹ ਲੈ ਮੈਂ ਕਮਰਾ ਬਣਾਇਆ, ਉੱਥੇ ਛੋਟਾ ਜਿਹਾ ਮੋਟਰ ਆ ਤੋੜਨ ਨੂੰ ਫਿਰਦਾ, ਆਹ ਕਿੰਨੇ ਇਹਦਾ ਮੈਂਟੇਨ ਨਹੀਂ ਕਰ ਰਹੇ ਤੁਸੀਂ, ਇਹ ਮੈਂਟੇਨ ਵੀ ਤਾਂ ਕਰਨੀ ਹੁੰਦੀ ਨਾ, ਤਾਂ ਹੀ ਤਾਂ ਮੈਂ ਤੋੜ ਦੇਣੀ ਹੈ, ਮੈਂਟੇਨੈਂਸ ਨਹੀਂ ਹੈਗੀ ਇਹਦੀ। ਆਹ ਦੇਖੋ ਜੀ ਸਾਡੀ ਮੋਟਰ, ਇੱਥੋਂ ਪਾਣੀ ਜਾਂਦਾ ਅੰਡਰਗਰਾਊਂਡ, ਉਹ ਪਾਈਪ ਆ ਰਹੀ, ਉਹ ਪਾਈਪ ਚਲਾ ਜਾ ਫਿਰ, ਸਾਰੇ ਅੰਡਰਗਰਾਊਂਡ ਪਾਈਪ ਵਿਛੇ ਹੋਏ ਨੇ, ਆਰਾਮ ਨਾਲ ਪਾਣੀ ਲੱਗਦਾ ਰਹਿੰਦਾ ਖੇਤਾਂ ਨੂੰ। ਚਲੋ ਚੱਲੀ ਮੰਮੀ, ਆ ਜਾਓ, ਡੈਡੀ ਕਹਿਣਗੇ ਕੀ ਕੀ ਲਾਹਾ ਖੱਟ ਕੇ ਆਏ ਹੋ ਗਏ ਅਸੀਂ, ਹੈ ਨਾ, ਥੋੜ੍ਹੀ ਵੱਡੀ ਹੋ ਜਾਏਗੀ ਨਾ ਵਿੱਚ, ਫਿਰ ਤੋੜਾਂਗੇ। ਚਲੋ 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 ਚਲੋ, ਧਿਆਨ ਨਾਲ, ਚਲੋ ਜੀ ਚਲੋ ਚਲੋ ਚਲੋ, ਕਿੱਧਰੋਂ ਇੱਧਰੋਂ ਚਲਦੇ ਹਾਂ। ਇੱਥੇ ਮੰਮੀ ਉਹ ਬਣ ਜਾਣੀ ਚਾਹੀਦੀ ਹੈ ਜਿਵੇਂ ਨਹਿਰ ਦੇ ਉੱਪਰ ਛੋਟਾ ਜਿਹਾ ਪੁਲ ਜਿਹਾ ਨਹੀਂ ਹੁੰਦਾ, ਕਿਤੇ ਉਹ ਪੱਟੀ ਦੀ ਬਚ ਗਿਆ ਪੈਰ, ਕਿ ਲਿਬੜ ਗਿਆ, ਦੇਖੋ ਦੇਖੋ ਮੇਰਾ ਪੈਰ, ਦੇਖੋ ਚਲੋ ਹੋਏ ਪੈਰ ਲਿਬੜ ਗਿਆ ਮੇਰੇ ਟੱਟੀ ਨਾਲ। ਲਓ ਜੀ ਆ ਗਏ ਅਸੀਂ ਵਿਲੇਜ ਕੈਫੇ ਦੇ ਉੱਤੇ, ਅਤੇ ਵਿਲੇਜ ਕੈਫੇ ਦੇ ਉੱਤੇ ਜਾ ਕੇ ਬਰਗਰ ਸ਼ਰਗਰ ਛਕੇ ਜਾਣਗੇ, ਹੈ ਨਾ ਬਰਗਰ,
ਉਹ ਬੈਠਾ ਵੀਰਾ ਨਾ ਐਵੇਂ ਲੈ ਗਏ ਨੇ ਇੰਨੀ ਠੰਡ ਦੇ ਵਿੱਚ ਮੰਮੀ ਮੈਨੂੰ ਹਾਏ 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 ਇੱਥੇ ਧੁੱਪ ਵਧੀਆ ਪੈ ਰਹੀ ਹੈ ਇੱਥੇ ਬਹਿੰਦੇ ਹਾਂ ਥੋੜ੍ਹੀ ਦੇਰ ਆਹ ਸਾਡਾ ਸਟੇਡੀਅਮ ਇੱਥੇ ਨਾਲ ਮੈਚ ਦੇਖ ਸਕਦੇ ਹਾਂ ਵਿਲੇਜ ਕੈਸੇ ਕੈਫੇ 'ਤੇ ਬਰਗਰ ਖਾ ਸਕਦੇ ਹਾਂ ਆਹ ਬੈਠਾ ਸਾਡਾ ਬਰਗਰ ਕੈਫੇ ਵਾਲਾ ਬੰਦਾ ਆ ਗਏ ਅਸੀਂ ਵਾਪਸ ਕਿੱਧਰ ਨੇ ਪਾਪਾ ਇਹ ਮਾਵਾਂ ਧੀਆਂ ਸੁੱਤੀਆਂ ਨੇ ਮੇਰਾ ਸੋਹਣਾ ਇਹ ਉਹਦਾ ਨਹੀਂ ਸੁੱਤੀ ਹੈ ਉੱਠ ਗਈ ਉੱਠ ਕੇ ਉੱਠ ਕੇ ਉੱਠ ਕੇ ਉੱਠ ਕੇ ਉੱਠ ਕੇ ਉੱਠ ਕੇ ਉੱਠ ਗਈ ਉੱਠ ਗਈ ਮੂੰਹ ਤੋਂ ਕਵਰ ਉਤਾਰ ਦੇ ਆਹ ਦੇਖੋ ਲੈ ਆਇਆ ਮੰਮੀ ਨੂੰ ਵਾਪਸ ਚਾਵਾਂ ਨਾਲ ਗਏ ਸੀ ਮੇਥੀ ਤੋੜ ਕੇ ਲਿਆਏ ਜਮਾਂ ਨਹੀਂ ਤੋੜੀ ਮੇਥੀ ਮੰਮੀ ਨੇ ਪਾਪਾ ਪੁੱਛ ਰਹੇ ਨੇ ਮੇਥੀ ਕਿਉਂ ਨਹੀਂ ਤੋੜੀ ਪਾਣੀ ਪਾਣੀ ਲਾਇਆ ਸੀ ਤਾਂ ਗਾਰਾ ਧੁੱਪ ਘੱਟ ਬਹਿ ਗਏ ਚਲੋ ਜੀ ਦੁਕਾਨ ਤੇ ਬੈਠਣ ਬਾਏ ਬਾਏ